बारे जानकारी देखो जिहड़ा 26 तरीक वाला 26 जनवरी मनाई है सरकार ने भी इधरों साडे नौजवानां ते बजुर्गां ने भैणां ने असीं आपो आपदे रूटां ते परेडां कीतियां ने पर जिवें सरकार चाहुंदी थी सरकार नूं कोई भी थां नहीं किते पत्ता खिलण दा दित्ता साडियां जथेबंदियां ने जिहड़ा अंदोलन चलिया इह बहुत ठंडे माहौल नाल शांतिपूर्व चलिया सी पर सरकार दे इह गल हजम नहीं आउंदी थी सरकार ऐन लोकां दी कुट के सिद्धी कीती हुई थी पर सरकार ने एक पत्ता खिलण दा यतन कीता है कुछ शरारती अफसर इन्हां दे विच शरारती पा के दो तीन धरां जिहड़ियां नंगियां कीतियां ने उन्हां नूं सीधा अपने उत्थे झंडा चलाउण दी इजाजत दित्ती गई है सीधी जा बड़े हो पर सरकार कहती हुंदी भी चिड़ी नहीं इत्थे फड़कण दिंदे जथेबंदियां दे उत्ते अटैक करन दा यतन कीता है सरकार ने जथेबंदियां आपो आपदे केडरां नूं आपो आपदे रूटां ते ਉਹ ਯਤਨ ਕਰਕੇ ਲੈ ਕੇ ਆਈਆਂ ਨੇ ਪਰੇਡ ਕਰਵਾ ਕੇ ਲੈ ਕੇ ਆਈਆਂ ਨੇ ਸਰਕਾਰ ਨੇ ਉਹਨਾਂ ਬੰਦਿਆਂ ਤੇ ਕੁਛ ਵੀ ਨਹੀਂ ਹਜੇ ਕੀਤਾ ਜਿਹੜੀ ਚਿੱਟੀ ਨੰਗੀ ਹੋਈ ਹੈ ਸਰਕਾਰ ਭਾਜਪਾ ਦੀ ਉਹਨਾਂ ਦੇ ਨਾਲ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਹੋਈਆਂ ਨੇ ਉਹਨਾਂ ਦੇ ਕੋਈ ਯਤਨ ਨਹੀਂ ਕੀਤਾ ਸਰਕਾਰ ਨੇ ਹਜੇ ਤੱਕ ਹਾਲਾਂਕਿ 200 ਕਿਸਾਨਾਂ ਦੇ 2000 ਕਿਸਾਨਾਂ ਦੇ ਉੱਤੇ ਜਾਂ 215 ਦੇ ਉੱਤੇ ਸਾਰਿਆਂ ਦੇ ਉੱਤੇ ਜਿੰਨਾ ਇਹ ਗਲਤ ਪਰਚੇ ਕੀਤੇ ਨੇ ਸਾਸੀ ਉਹਨਾਂ ਦੀ ਨਿੰਦਿਆ ਕਰਦੇ ਆ ਉਹਨਾਂ ਟਰੈਕਟਰਾਂ ਦੇ ਗਲਤ ਕੀਤਾ ਇਹ ਸਰਕਾਰ ਨੇ ਛੋਟਾਂ ਦਿੱਤੀਆਂ ਨੇ ਵੀ ਸਰਕਾਰ ਕਿਸਾਨ ਇਹਦੇ ਤੇ ਖਾਲੀ ਲਚਕ ਮਾਰ ਜਾਣਗੇ ਇੱਥੇ ਹੁਣ ਕੋਈ ਇਹੋ ਨਹੀਂ ਆਪਦੀ ਉਹਨਾਂ ਦੇ ਆਪਦੀ ਸੁਰੱਖਿਆ ਵਾਸਤੇ ਆਪਦੇ ਦਿੱਲੀ ਚ ਵੜਨ ਦੇ ਵਾਸਤੇ ਡਰੋਪਣਾ ਦਿਖਾਇਆ ਸਰਕਾਰ ਨੇ ਉਹਦੇ ਕਰਕੇ ਅਸੀਂ ਸਾਡੇ ਆਲੇ ਦੁਆਲੇ ਇਲਾਕਿਆਂ ਦੇ ਉੱਤੇ ਜਿਹੜੀ ਫੋਰਸ ਲਾਈ ਸੀ ਉਹ ਇੱਕ ਲੋਕਾਂ ਨੂੰ ਡਰਾਉਣ ਦਾ ਤਜਰਬਾ ਕੱਢਿਆ ਇੱਥੇ ਕੁਛ ਨਹੀਂ ਹੋਇਆ ਠੰਡਾ ਮਾਹੌਲ ਹੈ ਮੌਜ ਨਾਲ ਉਸੇ ਲੋਕ ਬਾਰਡਰ ਜਿਹੜੇ ਇਹਨਾਂ ਦਾ ਕੁਛੜਾ ਮੀਡੀਆ ਪ੍ਰਚਾਰ ਕਰਦਾ ਸੀ ਵੀ ਫਲਾਣਾ ਬਾਰਡਰ ਵਿਹਲਾ ਕਰ ਲਿਆ ਧਿਮਕਾ ਬਾਰਡਰ ਵਿਹਲਾ ਕਰਿਆ ਕੋਈ ਬਾਰਡਰ ਨਹੀਂ ਵਿਹਲਾ ਹੋਇਆ ਲੋਕ ਰਾਤਾਂ ਨੂੰ ਸੈਂਕੜਿਆਂ ਦੀ ਗਿਣਤੀ ਚ ਟਰਾਲੀਆਂ ਟਰੈਕਟਰ ਆਏ ਨੇ ਸਾਸੀ ਸਾਰੇ ਪੰਜਾਬ ਵਾਲਿਆਂ ਨੂੰ ਕੀ ਹਰਿਆਣੇ ਵਾਲਿਆਂ ਨੂੰ ਕੀ ਰਾਜਸਥਾਨ ਵਾਲੇ ਵੀਰਾਂ ਨੂੰ ਕੀ ਕੋਈ ਇੱਥੇ ਧਰਮ ਦਾ ਰੌਲਾ ਨਹੀਂ ਅਸੀਂ ਇਕਜੁੱਟ ਕਿਸਾਨੀ ਮੁੱਦੇ ਨੂੰ ਲੈ ਕੇ ਤੁਰੇ ਹੋਏ ਆ ਕਿਸਾਨੀ ਮੁੱਦੇ ਨੂੰ ਅਸੀਂ ਜਿੱਤ ਕੇ ਨਿਕਲਾਂਗੇ ਹਰਿਆਣੇ ਵਾਲੇ ਪੰਜਾਬ ਵਾਲੇ ਰਾਜਸਥਾਨ ਵਾਲੇ ਯੂਪੀ ਵਾਲੇ ਹੋਰ ਸਾਰੀਆਂ ਸਟੇਟਾਂ ਵਾਲੇ ਸਾਰੇ ਕਿਸਾਨ ਪੂਰੇ ਆ ਰਹੇ ਨੇ ਆਉਣ ਦੇ ਯਤਨ ਕਰੋ ਸਾਡੀਆਂ ਭੈਣਾਂ ਆਉਣ ਬਜ਼ੁਰਗ ਆਉਣ ਬੱਚੇ ਆਉਣ ਚਾਹੇ ਇੱਥੇ ਮੋਰਚੇ ਪੂਰੇ ਪੱਕੇ ਲੱਗੇ ਹੋਏ ਨੇ ਐਨ ਸਰਕਾਰ ਨੂੰ ਝੁਕਾ ਕੇ ਕੁੱਟ ਕੇ ਜਾਵਾਂਗੇ ਸਰਕਾਰ ਨੂੰ ਸਾਰੀਆਂ ਗੱਲਾਂ ਮਨਾ ਕੇ ਤੁਰਾਂਗੇ ਐਨੀਆਂ ਗੱਲਾਂ ਕਰਦਾ ਮੈਂ ਆਪਣੀ ਸਾਰਿਆਂ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਜਿਹੜਾ ਸਰਕਾਰ ਨੇ ਪਿਛਲੇ ਦਿਨੀ ਮਾਹੌਲ ਬਣਾਇਆ ਕੁਛ ਆਪਣੇ ਬੰਦਿਆਂ ਤੋਂ ਝੰਡਾ ਚੜਵਾਇਆ ਨੀਤੀ ਦੇ ਤਹਿਤ ਉੱਥੇ ਲੈ ਕੇ ਗਏ ਨੇ ਜਥੇਬੰਦੀਆਂ ਨੂੰ ਉਹਨਾਂ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਭਰਾਵੋ ਇਹੋ ਜਿਹਾ ਕੋਈ ਕੰਮ ਨਹੀਂ ਇਹਨੂੰ ਧਰਮ ਦਾ ਇੱਕ ਚਿੰਨ ਬਣਾ ਕੇ ਪੇਸ਼ ਕਰਨਾ ਚਾਹੁੰਦੀ ਸੀ ਸਰਕਾਰ ਜਿਹੜਾ ਹਰਿਆਣਾ ਵੀ ਇਹਨਾਂ ਨਾਲ ਟੁੱਟ ਜੇ ਯੂਪੀ ਦੇ ਲੋਕ ਇਹਨਾਂ ਨਾਲ ਟੁੱਟ ਜੇ ਪਰ ਉਹ ਲੋਕ ਬਿਲਕੁਲ ਸਮਝ ਚੁੱਕੇ ਨੇ ਜਿਵੇਂ ਰਾਤ ਪੁਲਿਸ ਹਮਲੇ ਤੇ ਉਤਰੀ ਸੀਗੀ ਗਾਜੀਪੁਰ ਬਾਰਡਰ ਤੋਂ ਬਾਰਡਰ ਵਿਹਲਾ ਕਰਾਉਣ ਗਈ ਸੀ ਪਰ ਰਾਤ ਨੂੰ ਵੱਡੇ ਕਾਫਲੇ ਯੂਪੀ ਚੋਂ ਹਰਿਆਣੇ ਚੋਂ ਉੱਥੇ ਪਹੁੰਚੇ ਨੇ ਹਜ਼ਾਰਾਂ ਦੀ ਤਗਾਦ ਚ ਉੱਥੇ ਬੰਦਾ ਰਾਤ ਨੂੰ ਪਹੁੰਚ ਗਿਆ ਉਹ ਬਾਰਡਰਾਂ ਨੂੰ ਛੇੜਨ ਨਹੀਂ ਦਿੱਤਾ ਹੱਥ ਨਹੀਂ ਲਾਉਣ ਦਿੱਤਾ ਬਿਲਕੁਲ ਸ਼ਾਂਤਮਈ ਮਾਹੌਲ ਹੈ ਉਰੇ ਉਦੋਂ ਪਹਿਲਾਂ ਤੋਂ ਜ਼ਿਆਦਾ ਵੱਧ ਗਿਣਤੀ ਉਰੇ ਪਹੁੰਚ ਰਹੀ ਹੈ ਅਸੀਂ ਪੰਜਾਬ ਦੇ ਵਿੱਚ ਹਰਿਆਣੇ ਚ ਰਾਜਸਥਾਨ ਚ ਯੂਪੀ ਦੇ ਲੋਕਾਂ ਨੂੰ ਇਹ ਮੈਸੇਜ ਕਰਨਾ ਚਾਹੁੰਦੇ ਹਾਂ ਭਰਾਵੋ ਸਰਕਾਰ ਦੀ ਨੀਤੀ ਦੇ ਸ਼ਿਕਾਰ ਨਾ ਹੋਈਏ ਇਸ ਘੋਲ ਚ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰੋ ਲੜਾਈ ਜਿੱਤ ਕੇ ਨਿਕਲਾਂਗੇ ਘੋਲ ਤੁਸੀਂ ਜਿੱਤ ਗਏ ਸਰਕਾਰ ਨੇ ਆਪਣਾ ਆਖਰੀ ਰਾਮਬਾਣ ਚਲਾ ਕੇ ਦੇਖ ਲਿਆ ਜਿਹੜਾ ਉਹਨਾਂ ਦੇ ਉਲਟ ਪੈ ਗਿਆ ਸਮਾਂ ਲੋਕਾਂ ਨੂੰ ਚਾਨਣ ਹੋ ਗਿਆ ਵੀ ਕੌਣ ਬੰਦਾ ਕਿਵੇਂ ਬੰਦਾ ਲਿਆਂਦਾ ਕਿਵੇਂ ਉਹਨੂੰ ਉੱਥੇ ਪਹੁੰਚਾਇਆ ਗਿਆ ਤੇ ਕਿਵੇਂ ਝੰਡਾ ਚੜਵਾਇਆ ਗਿਆ ਇਹ ਨੀਤੀ ਬਿਲਕੁਲ ਹਰਿਆਣੇ ਦੇ ਲੋਕਾਂ ਨੂੰ ਯੂਪੀ ਦੇ ਲੋਕਾਂ ਨੂੰ ਰਾਜਸਥਾਨ ਦੇ ਲੋਕਾਂ ਨੂੰ ਹਿੰਦੁਸਤਾਨ ਦੇ ਲੋਕਾਂ ਨੂੰ ਸਿੱਧ ਹੋ ਗਈ ਵੀ ਸਰਕਾਰ ਦੇ ਪਲਾਨ ਤਹਿਤ ਉਹ ਝੰਡਾ ਚੜਿਆ ਬਦਨਾਮੀ ਕਰਾਉਣ ਵਾਸਤੇ ਪੰਜਾਬ ਦੇ ਲੋਕਾਂ ਦੀ ਇਹਨਾਂ ਨੇ ਇਹ ਖੇਡ ਖੇਡੀ ਸੀ ਇਹ ਖੇਡ ਚੋਂ ਫੇਲ ਹੋ ਗਈ ਜਿੱਤ ਕੇ ਨਿਕਲਾਂਗੇ ਬਾਜੀ ਤੁਸੀਂ ਵੱਧ ਤੋਂ ਵੱਧ ਗਿਣਤੀ ਇੱਥੇ ਪਹੁੰਚਾਉਣ ਦੀ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਤੁਹਾਡਾ ਸਾਰਿਆਂ ਦਾ ਧੰਨਵਾਦ।